ਨਾਮੀ ਉਦਯੋਗਪਤੀ ਨੂੰ ਠੱਗਾਂ ਨੇ ਲਾਇਆ 7 ਕਰੋੜ ਦਾ ਚੂਨਾ। ਸੀਬੀਆਈ ਅਫਸਰ ਬਣ ਕੇ ਡਰਾਉਂਦੇ ਸੀ ਉਦਯੋਗਪਤੀ ਨੂੰ, ਸੁਪਰੀਮ ਕੋਰਟ ਦੇ ਜਾਲੀ ਆਰਡਰ ਵਿਖਾ ਕੇ ਮਾਰੀ ਕਰੋੜਾਂ ਦੀ ਠੱਗੀ। ਠੱਗੀ ਦੀਆਂ ਖਬਰਾਂ ਤਾਂ ਅਕਸਰ ਅਸੀਂ ਸੁਣਦੇ ਹੀ ਰਹਿੰਦੇ ਹਾਂ, ਪਰ ਇਸ ਠੱਗੀ ਬਾਰੇ ਸੁਣ ਕੇ ਸ਼ਾਇਦ ਤੁਸੀਂ ਵੀ ਹੈਰਾਨ ਹੋ ਜਾਓਗੇ, ਕਿਉਂਕਿ ਇਸ ਵਾਰ ਠੱਗਾਂ ਦੇ ਵੱਲੋਂ ਕਿਸੇ ਆਮ ਵਿਅਕਤੀ ਨੂੰ ਨਹੀਂ ਸਗੋਂ ਜਾਣੇ ਮਾਣੇ ਉਦਯੋਗਪਤੀ ਨੂੰ ਨਿਸ਼ਾਨਾ ਬਣਾਇਆ ਗਿਆ, ਜਿੱਥੇ ਇਹਨਾਂ ਦੇ ਵੱਲੋਂ ਠੱਗੀ ਮਾਰ ਕੇ 7 ਕਰੋੜ ਦਾ ਚੂਨਾ ਲਗਾਇਆ ਗਿਆ। ਤਾਂ ਦੱਸ ਦਈਏ ਕਿ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ, ਜਿੱਥੇ ਠੱਗਾਂ ਨੇ ਵਰਤਮਾਨ ਇੰਡਸਟਰੀ ਦੇ ਮਾਲਕ ਨੂੰ ਨਿਸ਼ਾਨਾ ਬਣਾਇਆ ਤੇ ਉਹਨਾਂ ਨੂੰ ਨਕਲੀ ਸੀਬੀਆਈ ਅਫਸਰ ਦੱਸ ਕੇ ਡਰਾਉਂਦੇ ਸੀ ਤੇ ਫਿਰ ਸੁਪਰੀਮ ਕੋਰਟ ਦੇ ਜਾਲੀ ਆਰਡਰ ਦਿਖਾ ਕੇ ਇਹਨਾਂ ਨੂੰ ਡਰਾਇਆ ਗਿਆ ਤੇ ਫਿਰ ਉਹਨਾਂ ਦੇ ਬੈਂਕ ਦੀ ਸਾਰੀ ਜਾਣਕਾਰੀ ਇਹਨਾਂ ਤੋਂ ਹਾਸਿਲ ਕਰ ਲਈ, ਜਿਸ ਤੋਂ ਬਾਅਦ ਇਹਨਾਂ ਦੇ ਵੱਲੋਂ ਕਰੀਬ 7 ਕਰੋੜ ਰੁਪਏ ਦਾ ਚੂਨਾ ਲਗਾਇਆ ਗਿਆ, ਜਿਸ ਤੋਂ ਬਾਅਦ ਇਹਨਾਂ ਦੇ ਵੱਲੋਂ ਤੁਰੰਤ ਇਸ ਸੰਬੰਧੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਤਾਂ ਪੁਲਿਸ ਦੇ ਵੱਲੋਂ ਤੁਰੰਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਸੀ ਤੇ ਲਗਾਤਾਰ ਸਾਈਬਰ ਟੀਮ ਦੀ ਮਦਦ ਨਾਲ ਇਹਨਾਂ ਠੱਗਾਂ ਦੀ ਭਾਲ ਕੀਤੀ ਜਾ ਰਹੀ ਸੀ ਤਾਂ ਕਰੀਬ 48 ਘੰਟਿਆਂ ਦੇ ਵਿੱਚ ਹੀ ਪੁਲਿਸ ਦੇ ਵੱਲੋਂ ਕਾਰਵਾਈ ਕਰਕੇ 2 ਠੱਗਾਂ ਨੂੰ ਕਾਬੂ ਕਰ ਲਿਆ ਗਿਆ, ਜਿਨ੍ਹਾਂ ਤੋਂ ਮੌਕੇ ਤੋਂ 5 ਕਰੋੜ 25 ਲੱਖ ਰੁਪਏ ਦੀ ਰਿਕਵਰੀ ਕਰ ਲਈ ਗਈ ਹੈ ਤੇ ਨਾਲ ਹੀ ਇਹਨਾਂ ਤੋਂ ਪੁਲਿਸ ਨੇ 6 ATM ਅਤੇ 3 ਮੋਬਾਈਲ ਫੋਨ ਵੀ ਬਰਾਮਦ ਕਰ ਲਏ ਗਏ ਆ। ਤਾਂ ਦੱਸ ਦਈਏ ਕਿ ਇਹਨਾਂ ਦੇ ਵੱਲੋਂ ਇੱਕ ਜਾਣੇ ਮਾਣੇ ਉਦਯੋਗਪਤੀ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਕਰੀਬ 7 ਕਰੋੜ ਰੁਪਏ ਦੀ ਠੱਗੀ ਕੀਤੀ ਗਈ ਸੀ ਤਾਂ ਪੁਲਿਸ ਦੇ ਵੱਲੋਂ ਹੁਣ 2 ਠੱਗਾਂ ਨੂੰ ਕਾਬੂ ਕਰਕੇ 5 ਕਰੋੜ 25 ਲੱਖ ਰੁਪਏ ਦੀ ਰਿਕਵਰੀ ਕਰ ਲਈ ਗਈ ਹੈ।